ਕੰਮ ਜਲਦੀ ਮੁਕਾਸਾਂ ਕਿਉਂਕਿ ਸਾਰੇ ਭਰਾਵਾਂ ਠੰਡ ਲੱਗੀ ਹੈ। ਸਭ ਤੋਂ ਪਹਿਲਾਂ ਜਿਹੜਾ ਸੁਪਰ ਪਰਿਵਾਰ ਸੀ ਜੀ ਮਾਸ਼ਾ ਅੱਲਾਹ ਰਈਸ ਭਾਈ ਦੀ, ਸੈਕਿੰਡ ਪਰਿਵਾਰ ਜਿਹੜੀ ਸੀ ਆਈਏ 5:17 ਤੇ ਉਸਦਾ ਇਨਾਮ ਲੈਣ ਵਾਸਤੇ ਪਹਿਲੇ ਤਾਂ ਨਾਮ ਦੇਣ ਵਾਸਤੇ ਮੈਂ ਚਾਚੇ ਹੋਰਾਂ ਨੂੰ ਦੱਸਣਾ, ਤੁਸੀਂ ਸਰੀਕ ਜਾਓ ਚਾਚਾ ਜੀ ਬਹੁਤ ਸਹੀ, ਅਤੇ ਸ਼ਕੀਲ ਭਾਈ ਤੁਸੀਂ ਆਪ ਤੋਂ ਇਨਾਮ ਲੈਣ ਵਾਸਤੇ ਰਈਸ ਭਾਈ ਵਾਸਤੇ ਬਹੁਤ ਸਾਰੀਆਂ ਮੁਬਾਰਕਾਂ ਭਰਾ। ਦੌਰ ਸੀ ਉਸ ਟਾਈਮ ਅਸੀਂ ਕਹਿੰਦੇ ਸਰ ਕਬੂਤਰ ਪਾਕਿਸਤਾਨੀ ਨਹੀਂ ਉੱਡ ਰਹੇ, ਮੈਂ ਹਰ ਵਾਰੀ ਇਹ ਗੱਲ ਜ਼ਰੂਰ ਕਰਨਾ ਨਾ ਮਾਸ਼ਾਅੱਲਾ। ਚਲੋ ਇਸ ਵਿੱਚ ਤਜਮਲ ਬਾਈ ਦਾ ਵੀ ਬੈਠਾ ਇਹਨਾਂ ਦੇ ਵੀ, ਲੇਕਿਨ 10 ਵਜੇ ਤੱਕ ਦੇਖੋ ਤਜਮਲ ਬਾਈ ਦਾ ਕਬੂਤਰ ਬੈਠਾ ਪਿਓਰ ਪਾਕਿਸਤਾਨੀ। ਉਸ ਟਾਈਮ ਅਸੀਂ ਸ਼ੁਰੂ ਕੀਤਾ ਅਤੇ ਮਾਸਟਰ ਸਾਹਿਬ ਨੂੰ ਵੀ ਸ਼ਾਇਦ ਯਾਦ ਹੋਇਆ, ਸਾਰੇ ਭਰਾਵਾਂ ਪੁਰਾਣੇ ਜਿਹੜੇ ਬੈਠੇ ਉਦੋਂ ਉਹ ਕਹਿੰਦੇ ਸਰ ਟਿਪਲਰ ਉਡਾਓ ਪਾਕਿਸਤਾਨੀ ਕਿੱਥੇ ਉੱਡਦੇ ਨੇ, ਅੱਜ ਅਲਹਮਦੁਲਿਲਾ ਦੇਖੋ ਪਾਕਿਸਤਾਨੀ ਕਬੂਤਰ 10-10 ਵਜੇ ਸਾਡੇ ਟੂਰਨਾਮੈਂਟਾਂ 'ਚ ਬਹਿ ਰਹੇ ਨੇ ਮਾਸ਼ਾਅੱਲਾ। ਬੜੀ ਖੁਸ਼ੀ ਦੀ ਗੱਲ ਹੈ, ਇੰਪਰੂਵ ਹੋ ਰਿਹਾ ਮਾਸ਼ਾਅੱਲਾ ਇਹ ਕੰਮ। ਅਤੇ ਸੈਕਿੰਡ ਫਸਟ ਸੁਪਰ ਪਰਵਾਸ ਜਿਹੜੀ ਹੈ ਉਹ ਇਨਾਮ ਦੇਣ ਲਈ ਮੈਂ ਭਾਈ ਇਰਫਾਨ ਅਤੇ ਡਾਕਟਰ ਸਾਹਿਬ ਨੂੰ ਬੁਲਾਵਾਂਗਾ। ਭਾਈ ਕਦੀਰ ਸਟੇਜ 'ਤੇ ਆ ਜਾਓ, ਇਹ ਸਾਡੇ ਵਾਸਤੇ ਸਟੇਜ ਇੱਥੇ, ਅਤੇ ਤਜਮਲ ਬਾਈ ਨੂੰ ਮੈਂ ਦਾਅਵਾ ਦੇਵਾਂਗਾ ਆ ਕੇ ਆਪਣਾ ਫਸਟ ਪ੍ਰਾਈਜ਼ ਲਿਆਵਾਂ ਜੀ। ਬਹੁਤ ਸਾਰੀਆਂ ਤਾੜੀਆਂ ਕਰਾਉਂ। ਇਹਨਾਂ ਦਾ ਕਬੂਤਰ ਬੈਠਾ ਜੀ 5:52 'ਤੇ ਮਾਸ਼ਾਅੱਲਾ। ਕੈਸ਼ ਮੇਰੀ ਤਰਫੋਂ, ਜਿਹੜੀ ਕੈਦ ਮੈਂ ਕੱਟ ਕੇ ਆਇਆ ਤੇ ਮੈਨੂੰ ਦੇਣੀ ਚਾਹੀਦੀ। ਥਰਡ ਪੋਜੀਸ਼ਨ ਜੀ, ਟੂਰਨਾਮੈਂਟ ਦਾ ਨਾਂ ਲਿਆ ਟੂਰਨਾਮੈਂਟ ਸਜਾਵਲ ਡੋਰੂ ਟੂਰਨਾਮੈਂਟ ਸੀ ਹੈਲੀਫੈਕਸ।